ਵੇਟ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵੇਖਦੀਆਂ ਕੁਝ ਹੋਰ ਅਹਿਮ ਖਬਰਾਂ। ਪੰਜਾਬੀ ਸੰਗੀਤ ਦਾ ਜਾਦੂ ਪੂਰੀ ਦੁਨੀਆਂ ਵਿੱਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇੰਗਲੈਂਡ ਹੋਵੇ, ਕੈਨੇਡਾ, ਅਮੈਰੀਕਾ ਜਾਂ ਆਸਟ੍ਰੇਲੀਆ ਹੋਵੇ, ਜਿੱਥੇ ਕਿਤੇ ਵੀ ਪੰਜਾਬੀ ਗਏ, ਪੰਜਾਬੀ ਸੰਗੀਤ ਨੂੰ ਆਪਣੀ ਰੂਹ ਦੀ ਖੁਰਾਕ ਬਣਾਇਆ। ਇਸੇ ਨਾਲ ਨਾਲ ਆਪਣੀ ਬੋਲੀ ਨੂੰ ਸੰਗੀਤ ਦੇ ਮਾਧਿਅਮ ਰਾਹੀਂ ਹੋਰ ਵਧੇਰੇ ਹਰਮਨ ਪਿਆਰਾ ਬਣਾਉਣ ਲਈ ਅੱਜ ਵੀ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਆਸਟ੍ਰੇਲੀਆ ਵਿਚਲੇ ਕੁਝ ਨੌਜਵਾਨਾਂ ਨੇ ਵੀ ਅਜਿਹਾ ਹੀ ਇੱਕ ਉਪਰਾਲਾ ਕੀਤਾ ਹੈ। ਆਸਟ੍ਰੇਲੀਆ ਦੇ ਇਨ੍ਹਾਂ ਉੱਭਰ ਰਹੇ ਗਾਇਕਾਂ ਨੇ ਬੀਤੇ ਦਿਨ ਆਪਣੀ ਪਲੇਟੀ ਮਿਊਜ਼ਿਕ ਐਲਬਮ ਮੈਲਬੋਰਨ ਵਿਖੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤੀ, ਜਿਸ ਵਿੱਚ ਸੰਗੀਤ ਖੇਤਰ ਅਤੇ ਸਮਾਜਿਕ ਖੇਤਰ ਦੇ ਨਾਲ ਜੁੜੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਐਲਬਮ ਵਿੱਚ 7 ਉੱਭਰ ਰਹੇ ਗਾਇਕਾਂ ਬਬਲ ਡੈਣਾ, ਇਕਬਾਲ ਸਾਂ, ਪਰਮਿੰਦਰ ਦਿਓਲ, ਰਿਕ ਰੋਮਾਣਾ, ਦਿਲਜਾਨ ਪਰਮਾਰ, ਨਿਰਵੈਰ ਅਤੇ ਹਰਪ੍ਰੀਤ ਗਿੱਲ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਇਸ ਐਲਬਮ ਦੇ ਜ਼ਿਆਦਾਤਰ ਗਾਣੇ ਆਸਟ੍ਰੇਲੀਆ ਵਿੱਚ ਹੀ ਰਿਕਾਰਡ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਐਲਬਮ ਵਿਚਲੇ ਗੀਤਕਾਰ ਬਬਲ ਟਾਣਾ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਵਿਸ਼ਾਲ ਖੰਨਾ ਵੱਲੋਂ ਦਿੱਤਾ ਗਿਆ ਹੈ। ਇਸ ਐਲਬਮ ਦੇ ਕਈ ਗਾਣਿਆਂ ਦੀ ਵੀਡੀਓ ਵੀ ਮੁਕੰਮਲ ਹੋ ਚੁੱਕੀ ਹੈ। ਇਸ ਮੌਕੇ ਫਾਸਟਵੇ ਨਾਲ ਗੱਲ ਕਰਦਿਆਂ ਨਾਲ ਐਲਬਮ ਦੇ ਗਾਇਕਾਂ ਨੇ ਕਿਹਾ ਕਿ ਉਹਨਾਂ ਨੇ ਇੱਥੇ ਆ ਕੇ ਕੰਮ ਦੇ ਨਾਲ ਨਾਲ ਆਪਣੇ ਸ਼ੌਕ ਨੂੰ ਜਾਰੀ ਰੱਖਿਆ ਹੈ ਅਤੇ ਉਹ ਇਸ ਐਲਬਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਆਸਟ੍ਰੇਲੀਆ ਦੇ ਸਾਰੇ ਹੀ ਸਿੰਗਰ ਜਿਹੜੇ ਟੈਲੈਂਟ ਉੱਭਰ ਕੇ ਸਾਹਮਣੇ ਆਇਆ, ਉਹਨਾਂ ਨੂੰ ਅੱਜ ਅਸੀਂ ਇੱਥੇ ਇੱਕ ਗੈਸਟ ਦੇ ਰੂਪ ਵਿੱਚ ਰਿਲੀਜ਼ ਕੀਤਾ। ਐਲਬਮ ਦਾ ਨਾਂ ਹੈਗਾ ਬ੍ਰੇਕਅਪ ਬਿਫੋਰ ਬੌਂਡਿੰਗ, ਉਹ ਮੇਰੀ ਹੋਈ ਨਾ, ਜਿਸ ਨੂੰ ਗੋਇਲ 뮤직 ਨੇ ਪੇਸ਼ ਕੀਤਾ। ਇਸ ਦੇ ਵਿੱਚ 7 ਸਿੰਗਰ ਹਨ ਤੇ 8 ਗੀਤ ਹਨ ਕੁੱਲ ਮਿਲਾ ਕੇ। ਮੈਂ ਬਬਲ ਟਹਿਣਾ ਇਸ ਐਲਬਮ ਦਾ ਲਿਖਾਰੀ ਗੀਤਕਾਰ ਦੇ ਤੌਰ ਤੇ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਡਿਫਰੈਂਟ ਮੈਟਰ ਨੂੰ ਜਿਹੜਾ ਅਸੀਂ ਲੈ ਕੇ ਆਏ ਹਾਂ, ਸਾਰੇ ਗਾਣੇ ਬਹੁਤ ਸੁਰੀਲੇ ਨੇ, ਮਿੱਠੇ ਨੇ, ਸੁਣਨ ਵਾਲੇ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਗਾਣਿਆਂ ਨੂੰ ਬਹੁਤ ਪਸੰਦ ਕਰੋਗੇ। ਤੇ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਵਿਸ਼ਾਲ ਖੰਨਾ ਭਾਈ ਦਾ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਇਸ ਕੈਸਟ ਦਾ ਮਿਊਜ਼ਿਕ ਬਹੁਤ ਹੀ ਵਧੀਆ ਕੀਤਾ ਹੈਗਾ। ਦੂਜੇ ਪਾਸੇ ਆਸਟ੍ਰੇਲੀਆ ਵਿੱਚ ਵਸਣ ਵਾਲੇ ਪੰਜਾਬੀਆਂ ਨੇ ਵੀ ਇਹਨਾਂ ਨੌਜਵਾਨਾਂ ਦੇ ਸਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਉੱਤੇ ਆ ਕੇ ਵੀ ਆਪਣਾ ਸ਼ੌਕ ਪੂਰਾ ਕਰਨ ਲਈ ਇਹ ਨੌਜਵਾਨ ਵਧਾਈ ਦੇ ਪਾਤਰ ਹਨ। ਬੜੀ ਸਭ ਤੋਂ ਪਹਿਲਾਂ ਤਾਂ ਬੜੀ ਖੁਸ਼ੀ ਹੋਈ ਜਦੋਂ ਦਾ ਯੰਗ ਟੇਲੈਂਟ ਆਸਟ੍ਰੇਲੀਆ ਪਹੁੰਚਿਆ, ਅਤੇ ਦੂਸਰੀ ਖੁਸ਼ੀ ਇਸ ਗੱਲ ਦੀ ਕਿ ਯੰਗ ਟੇਲੈਂਟ ਨੇ ਪਹੁੰਚਦਿਆਂ ਹੀ ਇੰਨੇ ਟੇਲੈਂਟਡ ਮੁੰਡੇ ਆਏ ਆ ਜਿਹਦੇ ਵਿੱਚ ਇਸ ਵੇਲੇ ਹਰ ਫੀਲਡ ਵਿੱਚ, ਖਾਸ ਕਰਕੇ ਕਲਚਰਲ ਫੀਲਡ ਵਿੱਚ ਬਹੁਤ ਹੀ ਤਰੱਕੀ ਹੋਈ। ਅਸੀਂ ਮੈਲਬਰਨ ਵਾਸੀ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਇਹਨਾਂ ਨਵੇਂ ਯੰਗਸਟਰ ਨੇ ਬਹੁਤ ਹੀ ਵਧੀਆ ਕੋਸ਼ਿਸ਼ ਕੀਤੀ ਅਤੇ ਅੱਗੇ ਵੀ ਕਰਦੇ ਰਹਿਣਗੇ, ਅਤੇ ਸਾਨੂੰ ਇੱਥੋਂ ਮੈਲਬਰਨ ਦੇ ਸਾਰੇ ਲੋਕਾਂ ਦੀ ਬਹੁਤ ਸਪੋਰਟ ਮਿਲੀ ਅਤੇ ਇੰਡੀਆ ਤੋਂ ਬਹੁਤ ਸਪੋਰਟ ਮਿਲੀ ਹੈ।